ਆਲ ਪਾਰਟੀ ਮੀਟਿੰਗ ਨਹੀਂ ਸੀ। ਮੈਂ ਸਮਝਦਾ ਕਿ ਕਾਂਗਰਸ ਦੀ ਇਹ ਬੀ ਸੀ ਟੀਮਾਂ ਸਿਰਫ ਇਕੱਠੀਆਂ ਕਰਕੇ ਮੁੱਖ ਮੰਤਰੀ ਨੇ ਕਿਸ ਕਿਸਮ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ, ਜੇ ਸਿੱਧੇ ਤੌਰ 'ਤੇ ਕਹਿ ਲਈਏ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਆਦੇਸ਼ ਨੇ ਉਹਨਾਂ ਤੋਂ ਮੁਮਕਿਨ ਹੋਣ ਲਈ ਇੱਕ ਨਵਾਂ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਨਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਵਿੱਚ ਸੱਦਿਆ ਗਿਆ, ਨਾ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੂੰ ਇਹਦੇ 'ਚ ਸੱਦਿਆ ਗਿਆ। ਅਤੇ ਇਹ ਮੈਂ ਸਮਝਦਾ ਕਿ ਆਪਣੀਆਂ ਜਿਹੜੀਆਂ ਏ ਬੀ ਸੀ ਡੀ ਟੀਮਾਂ ਸੀਗੀਆਂ ਨਾਲ ਉਹਨਾਂ ਨੂੰ ਸੱਦ ਕੇ ਅਤੇ ਸਰਵ ਪਾਰਟੀ ਮੀਟਿੰਗ ਦਾ ਨਾਂ ਦੇਣਾ, ਇਹ ਮੈਂ ਸਮਝਦਾ ਕਿ ਅੱਤ ਨਿੰਦਣਯੋਗ ਹੈ। ਔਰ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਟਾਲਾ ਵੱਟਦੇ ਨਜ਼ਰ ਆ ਰਹੇ ਔਰ ਬਹਾਨੇ ਲੱਭਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਨੀ ਸ਼ੁਰੂ ਕਰਤੀ ਹੈ, ਜੋ ਕਿ ਕਾਂਗਰਸ ਦਾ ਸ਼ੁਰੂ ਤੋਂ ਇਸ ਕਿਸਮ ਦਾ ਕਿਰਦਾਰ ਅਤੇ ਇਤਿਹਾਸ ਰਿਹਾ।